ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੁਰਸਿੱਖ ਪਿਆਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ 550 ਸਾਲਾਂ ਪ੍ਰਕਾਸ਼ ਦਿਹਾੜੇ ਜੋ 2019 ਨਵੰਬਰ ਵਿੱਚ ਆ ਰਹੇ ਹਨ ਤੇਨਾਂ ਦੇ ਸਬੰਧ ਦੇ ਵਿੱਚ ਕਰੀਬ ਪਿਛਲੇ ਡੇਢ ਸਾਲ ਤੋਂ ਚੰਡੀਗੜ੍ਹ ਦੇ ਗੁਰਦੁਆਰਾ ਸੈਕਟਰ 34 ਦੇ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਸੰਥਿਆ ਸਮਪਰਦਾਇ ਅਰਥਾਂ ਦੇ ਸਮੇਤ ਪ੍ਰਾਰambh ਹੋਈ ਸੀ ਜਿਨ੍ਹਾਂ ਦੀ ਸੇਵਾ ਮਹਾਰਾਜ ਸਾਹਿਬ ਜੀ ਦਾਸ ਕੋਲ ਲੈ ਰਹੇ ਆ ਤੇ 820 ਅੰਗ ਦੇ ਕਰੀਬ ਬਲਾਵਲਾ ਰਾਗ ਚੱਲ ਰਿਹਾ ਇੱਥੋਂ ਤੱਕ ਸੰਥਿਆ ਪਹੁੰਚ ਚੁੱਕੀ ਹੈ ਸਹਿਜ ਪਾਠ ਅਰਥਾਂ ਦੇ ਸਮੇਤ ਤੇ ਬਹੁਤ ਗੁਰਸਿੱਖ ਪਿਆਰਿਆਂ ਵੱਲੋਂ ਹੁਕਮ ਕੀਤਾ ਜਾ ਰਿਹਾ ਸੀ ਵੀ ਇਹ ਗੁਰਬਾਣੀ ਦੀ ਸੰਸਿਆ ਦਾ ਜਿਹੜਾ ਲਾਹਾ ਹੈ ਹੋਰ ਵੀ ਗੁਰਸਿੱਖਾਂ ਤੇ ਕਿਰਪਾ ਪਹੁੰਚੇ ਤੋਂ ਇਹਨੂੰ ਤੁਸੀਂ ਫੇਸਬੁੱਕ ਤੇ YouTube ਤੇ ਲਾਈਵ ਕਰਿਆ ਕਰੋ ਸੋ ਉਹਨਾਂ ਗੁਰਮੁਖਾਂ ਦਾ ਹੁਕਮ ਮੰਨ ਕੇ ਕਿਉਂਕਿ 800 ਅੰਗ ਤੋਂ ਉੱਤੇ ਹੋ ਗਈ ਸੰਸਿਆ ਉਹਦਾ ਤੇ ਮੇ ਆਪਣਾ ਮੇਰਾ ਤਾਂ ਕੋਈ ਵਿਚਾਰ ਨਹੀਂ ਸੀ ਐਸਾ ਗੁਪਤੀ ਸੇਵਾ ਕਰ ਰਹੇ ਹਾਂ ਪਰ ਉਹਨਾਂ ਦੇ ਹੁਕਮ ਨੂੰ ਮੰਨਦੇ ਆਂ ਅਗਲੇ 2-4 ਦਿਨ ਜਾਂ ਬਾਤੋਂ ਹਫਤੇ ਦੇ ਵਿੱਚ ਵਿੱਚ ਆਪਾਂ ਇਹ ਜੋ ਸੰਸਿਆ ਚੱਲ ਰਹੀ ਹੈ 800 ਅੰਗ ਦੇ ਉੱਪਰ ਉਤੋਂ ਸਹਿਜ ਪਾਠ ਕੀਤਾ ਜਾਂਦਾ ਅਰਥਾਂ ਦੇ ਸਮੇਤ ਨਾਲ ਸ਼ੁੱਧ ਉਚਾਰਨ ਦੀ ਸੇਵਾ ਮਹਾਰਾਜ ਲੈ ਰਹੇ ਆ। ਤੋਂ ਆਪਾਂ ਫੇਸਬੁੱਕ ਤੇ ਲਾਈਵ ਕਰਾਂਗੇ ਇਸ ਕਰਕੇ ਆਪ ਗੁਰਸਿੱਖਾਂ ਨੇ ਬਾਤੋਂ ਬਾਤ ਜਿਨ੍ਹਾਂ ਕੋ ਲਾਈਵ ਦੇ ਸਮੇਂ ਹੋਊਗਾ ਸ਼ਾਮ 7:30 ਤੋਂ 8 ਇਸ ਸੰਸਿਆ ਦਾ ਟਾਈਮ ਹੈ। ਜਿਨ੍ਹਾਂ ਕੋਲ ਸਮਾਂ ਲਾਈਵ ਹੋਊਗਾ ਲਾਈਵ ਸਰਵਣ ਕਰ ਲਿਆ ਕਰੋ ਨਹੀਂ ਤੇ ਬਾਅਦ ਵਿੱਚ ਰਿਕਾਰਡਿੰਗ ਕਰਕੇ ਸਰਵਣ ਕਰ ਲਿਆ ਕਰੋ ਨਰੋਲ ਗੁਰਬਾਣੀ ਦੇ ਪ੍ਰਚਾਰ ਹਿਤ ਅਖੌਤੀ ਪ੍ਰਚਾਰਕਾਂ ਤੋਂ ਬਚਾਉਣ ਵਾਸਤੇ ਬਚਣ ਵਾਸਤੇ ਇਹ ਸੇਵਾ ਕੀਤੀ ਜਾ ਰਹੀ ਆਪ ਜੀ ਨੇ ਵੱਧ ਤੋਂ ਵੱਧ ਇਸ ਗੱਲ ਦਾ ਪ੍ਰਚਾਰ ਕਰ ਦੇਣਾ ਤਾਂ ਕਿ ਵੱਧ ਤੋਂ ਵੱਧ ਸਿੱਖ ਸੰਗਤਾਂ ਗੁਰਸਿੱਖ ਨੌਜਵਾਨਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ